ਬਠਿੰਡਾ ਦੇ CIS ਸਟਾਫ 2 ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਗਸਤ ਦੇ ਦੌਰਾਨ ਇੱਕ ਆਦਮੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਝੋਲੇ ਵਿੱਚੋਂ 2 ਕਿਲੋ ਅਫੀਮ ਬਰਾਮਦ ਹੋਈ। ਆਰੋਪੀ ਦੀ ਪਹਿਚਾਣ ਦਰਸ਼ਨ ਸਿੰਘ ਵਜੋਂ ਹੋਈ ਹੈ, ਜਿਸ ਤੇ NDPS ਐਕਟ ਅਧੀਨ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਦਰਾਨੇ ਗਸਤ ਸ਼ੱਕ ਦੇ ਆਧਾਰ ਤੇ ਗਸਤ ਦੌਰਾਨ ਦਰਸ਼ਨ ਸਿੰਘ ਸਾਨੂੰ ਭੂਰਾ ਸਿੰਘ ਨੂੰ ਚੈੱਕ ਕੀਤਾ, ਜਿਹਦੇ ਹੱਥ ਵਿੱਚ ਚਿੱਟੇ ਝੋਲੇ ਦੇ ਵਿੱਚ 2 ਕਿਲੋ ਅਫੀਮ ਬਰਾਮਦ ਕੀਤੀ। ਬਰਾਮਦ ਕਰਕੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈਂਦੀ ਹੈ। ਕਿੱਥੋਂ ਲਿਆਇਆ ਸੀ ਜੀ, ਕਿੱਥੇ ਲਿਜਾ ਰਿਹਾ ਸੀਗਾ? ਇਹ ਰਾਜਸਥਾਨ ਚੋਂ ਲਿਆਉਣਾ ਸੀ। ਕਿੱਥੇ ਲੈ ਕੇ ਜਾਂਦਾ ਸੀਗਾ ਜੀ? ਇਹ ਆਪਦੇ ਪਿੰਡ ਆ ਰਿਹਾ ਸੀ। ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ? ਇੱਥੇ ਇੱਕ ਮਾਮਲਾ ਦਰਜ ਹੈ। ਇੱਥੇ ਪਰਚਾ ਕਿਹੜੇ ਦਿਨ ਦਰਜ ਹੋਇਆ? ਮਾਨਸਾ ਪਰਚਾ ਦਰਜ ਹੋਇਆ ਇੱਥੇ। ਕਿੱਥੋਂ, ਕੀ ਪਹਿਲਾਂ ਕੀ ਕੰਮ ਕਰਦੇ, ਕਾਰੋਬਾਰ ਕੀ ਕਰਦੇ ਸੀ? ਇਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ, ਪਹਿਲਾਂ ਡਰਾਈਵਰੀ ਕਰਦਾ ਸੀ। ਕਿੰਨੀ ਕੀਮਤ ਹੈ ਜੀ ਇਹਦੀ? ਇਹਦੀ 2,80,000। ਅਵਤਾਰ ਸਿੰਘ ਕੈਂਥ ਦੀ ਰਿਪੋਰਟ, ਦਾ TVNRI।